cái nơi này mà đưa bộ ôi hồi 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 lo vậy phong cho cô đi tới về tới phải hào vậy hôm muốn kẹt kẹt chơi sụt bữa nó ly thế chết đi ở yar mà nó phải ready apa chal gaye हाँ ना भी करी दी है अरे मैंने लगता मेरे तो दुखी है। हाँ जी सत श्रीकाल जी सारे तो वेलकम है तुहाडे अपने यूट्यूब चैनल बोल बोल दे विच तुम जी करदे सारे ने कैंट हो गए आपां कैंट ही कैंट आ सो सारेयां दा कहिंदे मेरे वीरो दिलों धन्नवाद आ क्योंकि अपने 100 के हो चुके आ थैंक यू थैंक यू थैंक यू ते सारेयां नूं बहुत बहुत ज्यादा वधाई होवे ते नाल मैनूं भी वधाई होवे सो जिन्ना जिन्ना कहिंदे ने मेरे वीरो चैनल नहीं सबसक्राइब कीता जल्दी जल्दी कर लो ते आपां चले ही शहर नूं जा ਦੋ ਵੱਜ ਗਏ ਨੇ ਮੈਂ ਇਹਨਾਂ ਨੂੰ ਮੈਂ ਸਵੇਰ ਦਾ ਇਹਨਾਂ ਨੂੰ ਕਹੀ ਜਾਣ ਡਿਆ ਕਿ ਹਿੱਲ ਪੋ ਹਿੱਲ ਪੋ ਹਿੱਲ ਪੋ ਤੇ ਪੌਣੇ 1 ਵਜੇ ਤਿਆਰ ਹੁੰਦੇ ਆ ਪੌਣੇ 1 ਵਜੇ ਨੇ 2 ਵੱਜ ਗਏ ਹਾਂ ਤੇ 2 ਵਜੇ 15 ਮਿੰਟ ਹੀ ਹੋਏ 15 ਮਿੰਟ ਹੀ ਹੋਏ ਆ ਤੇ ਆਪਾਂ ਚੱਲੇ ਫਰੇਪਰ ਨਾਲੇ ਕੇਕ ਕੁੱਕ ਫੜਨਾ ਤੇ ਨਾਲੇ ਕੁੜੀ ਦੀ ਬੁਟੀਕ ਦਾ ਕੰਮ ਕਰਨਾ ਸੋ ਕਹਿੰਦੇ ਨੇ ਮੇਰੇ ਵੀਰੋ ਜਿਨ੍ਹਾਂ ਜਿਨ੍ਹਾਂ ਚੱਲ ਹੈ ਕੱਟ ਲਾਂਗੇ ਜੇ ਆਉਂਦੇ ਜੀ ਤੇ ਲੋ ਜੀ ਮਦਰ ਡੇ ਵਾਲਾ ਨਹੀਂ ਕਹਿੰਦੇ ਕੱਟਿਆ ਸੋ ਕਹਿੰਦੇ ਨੇ ਵੀਰੋ ਇਹੋ ਜਿਹੇ ਕਹਿੰਦੇ ਪਖੰਡ ਪਖੁੰਡ ਨਾ ਕਰਿਆ ਕਰੋ ਤੁਸੀਂ ਉਸ ਤਰ੍ਹਾਂ ਹੀ ਪੁੱਛ ਲਿਆ ਕਰੋ ਮਾਂ ਪਿਓ ਨੂੰ ਇੰਨਾ ਬਥੇਰਾ ਹੁੰਦਾ ਸਹੀ ਗੱਲ ਤੇਰੇ ਸੋ ਐਵੇਂ ਕੇਕ ਕੁਕ ਕੱਟਿਆ ਕੁਛ ਨਹੀਂ ਹੁੰਦਾ ਤੇ ਚਲੋ ਮੇਰੇ ਭਾਈ ਕਹਿੰਦੇ ਨੇ ਕੁੜੀ ਪੇਕਿਆਂ ਨੂੰ ਚੱਲੀਏ ਚਲੋ ਜਾਓ ਚਲੋ ਜੀ ਚੱਲ ਗਏ ਆਪਾਂ ਮਿਲਦੇ ਹਾਂ ਅੱਗੇ ਅੱਗੇ ਤੇ ਆਪਾਂ ਕਾਫੀ ਜ਼ਿਆਦਾ ਲੇਟ ਕੁੜੀ ਨੇ ਕਰਾਤੇ ਆ ਇਹਨਾਂ ਨੇ ਸਵੇਰ ਦੇ ਕੰਮ ਜੇ ਉਹ ਮੈਂ ਤਾਂ ਸਵੇਰ ਦੇ 10 ਵਜੇ ਦਾ ਨਾ ਕੇ ਬੈਠਾ ਚਲੋ ਹੁੰਦਾ ਹੀ ਨਹੀਂ ਤੂੰ ਤਾਂ ਨਹਾਉਂਦਾ ਹੀ ਨਹੀਂ ਨਹੀਂ ਗਰਮੀ ਦੇ ਦਿਨ ਨੇ ਇਹ ਅਸੀਂ ਥੱਲੇ ਬਹਿ ਰਹੇ ਤਕਾਲ ਨਾ ਤੇ ਰੱਜ ਕੇ ਤਕਾਲ ਹੀ ਨਹਾਤ ਲੈ ਇਹਨਾਂ ਨੇ ਏਸੀ ਚੱਲਦਾ ਹਾਂ ਲੇਟ ਦੀ ਅੰਦਰ ਮੈਂ ਕਰਦਾ ਪਿਆ ਤੁਸੀਂ ਕਰਦੇ ਪਏ ਮੈਂ ਤਾਂ ਹੁਣ ਖੜਾ ਵਾਂ ਤੁਰੋ ਮਾਰ ਰੱਖ ਕੇ ਕਸੂਰ ਮੂੰਹ ਤੇ ਚਲੋ ਭਾਈ ਜਿਨ੍ਹਾਂ ਜਿਨ੍ਹਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਲਦੀ ਜਲਦੀ ਕਰ ਲਓ ਓਕੇ ਬਾਏ ਮਿਲਦੇ ਆ ਆਪਾਂ ਅੱਗੇ ਰੀਓ ਮੈਨੂੰ ਲਾਦਾ ਰੀਓ ਆ ਜਾ ਮੈਂ ਭਰਾਵਾ ਉਹ ਸੁੱਤਾ ਪਿਆ ਮੈਨੂੰ ਕਮੈਂਟ ਆਏ ਸੀ ਕਿ ਭਾਈ ਸਾਡੇ ਡੌਗ ਫੂਡ ਨਹੀਂ ਖਾਂਦੇ ਪਏ ਸਾਡੇ ਵੀ ਨਹੀਂ ਖਾਂਦੇ ਪਏ ਉਵੇਂ ਪਿਆ ਖੀਰੇ ਵੀ ਉਤਰਾਂ ਉਤਰਾਂ ਹੀ ਸਾਰਾ ਉਹ ਇਹ ਗਰਮੀ ਦੇ ਕਰਕੇ ਹੁੰਦਾ ਇੰਨੀ ਘਬਰਾਉਣ ਵਾਲੀ ਗੱਲ ਨਹੀਂ ਗੀ ਹੋ ਰੀਓ ਆ ਤੇ ਆ ਹੀ ਗਿਆ ਏ ਰੀਓ ਫਲ ਹਰ ਮੰਨੂ ਯਾਰ ਪਤਾ ਨਹੀਂ ਕੀ ਚੱਕਰ ਗਰਮੀ ਕਰਕੇ ਕੁਛ ਵੀ ਨਹੀਂ ਖਾਂਦਾ ਖੁੰਦਾ ਪਿਆ ਕਹਿੰਦੇ ਅਸੀਂ ਜਦੋਂ ਇੱਧਰਲੇ ਰੋਡ ਥਣੀ ਆਈ ਆ ਸਾਨੂੰ ਫਾੜ ਕੇ ਜ਼ਰੂਰ ਬੰਦ ਮਿਲਦਾ ਹੋਰ ਕੁਛ ਮਿਲੇ ਨਾ ਮਿਲੇ ਤੇ ਫਾੜ ਕੇ ਜ਼ਰੂਰ ਬੰਦ ਮਿਲਦਾ ਤੇ ਪਹੁੰਚ ਗਏ ਆਪਾਂ ਬਸ ਫਿਰੋਜ਼ਪੁਰ ਆਲਮੋਸਟ ਪਹੁੰਚ ਚੱਲੇ 3 ਵੱਜ ਗਏ ਤੇ ਹੁਣ ਆਪਾਂ ਸਿੱਧਾ ਕੁੜੀ ਦੇ ਬੁਟੀਕ ਦੇ ਕੰਮ ਕੁੰਮ ਕਰਕੇ ਕੇਕ ਫੜ ਕੇ ਤੇ ਫੇਰ ਹੀ ਆਪਾਂ ਮਿਲਦੇ ਹਾਂ ਇੱਕ ਫਾੜਕ ਤੋਂ ਲੰਘੇ ਆ ਕਹਿੰਦੇ ਅਗਲਾ ਵੀ ਲੱਗਾ ਹੁਣ ਬੰਦਾ ਇੱਥੇ ਕੀ ਕਰੇ ਯਾਰ ਉਹਦੀ ਟੁੱਟੀ ਸੜਕ ਸਾਨੂੰ ਸਹੀ ਅਸੀਂ ਸਾਫ਼ ਰੋਡ ਥਣੀ ਆਇਆ ਹੀ ਨਹੀਂ ਕਰਨਾ ਹੁਣ ਅੱਜ ਤੋਂ ਬਾਅਦ ਉੱਤੋਂ ਇੰਨੀ ਸੁਸਤੀ ਪਈ ਜਾਣ ਡਈ ਹੈ ਨਾ ਆ ਯਾਰ ਟ੍ਰੇਨੇ ਜੀਏ ਨਹੀਂ ਇਹ ਕੀ ਸਟਾਈਲ ਹੈ ਹਰਮਨ ਮੈਂ ਨਾ ਆ ਫੜ ਹੋਏ ਹੋਏ ਬੰਦਲਾ ਤਾਂ ਅੱਜ ਆ ਪਿੱਛੇ ਰੱਖ ਇਹ ਸਾਨੂੰ ਨਾ ਗੱਡੀ ਸਰਕਾਰੀ ਮਿਲੀ ਸੀ ਜੋ ਡੈਡੀ ਰਿਟਾਇਰ ਹੋਏ ਸੀ ਤਾਂ ਅਸੀਂ ਬਾਰੀਆਂ ਖਿੱਚ ਖਿੱਚ ਕੇ ਮਾਰੀ ਦੀਆਂ ਕਿ ਟੁੱਟ ਜੇ ਭਣੀ ਜੇ ਕੋਈ ਦਿੱਕਤ ਨਹੀਂ ਹੈ ਨਾ ਹਰਮਨ
ਲਓ ਭਾਈ ਕੁੜੀ ਦੇ ਕੰਮ ਆਲਮੋਸਟ ਸਾਰੇ ਹੋ ਗਿਆ, ਹੁਣ ਆਪਾਂ ਖਾਣਾ ਪੀਣਾ, ਉਦੋਂ ਬਾਅਦ ਕੇਕ ਫੜ ਕੇ ਤੇ ਘਰ ਨੂੰ। ਤੇ ਟਾਈਮ ਕਿੰਨਾ ਹੋ ਗਿਆ? 6 ਵੱਜ ਗਿਆ। ਬਸ ਭਾਈ ਆਪਣੀ ਬਸ ਪਾਰਸਲ ਸਾਈਡ ਤੇ ਕਰ ਲਾ। ਥੈਂਕ ਯੂ। ਫੜੋ ਛਕੋ। ਲਓ ਜੀ ਆ ਗਿਆ ਫਾਈਨਲੀ ਕੇਕ ਆਪਣਾ। ਐਤਕੀ ਨਾ ਪਤਾ ਕੀ ਆ, ਮੈਨੂੰ ਫੋਨ ਫੜਾਓ, ਮੈਂ ਦੱਸਦਾ। ਜਿੱਦਾਂ ਨਾ ਅੱਗੇ ਅਸੀਂ ਬਣਾਈਦਾ ਸੀ ਨਾ 3-4 ਪਾਉਂਡ ਦਾ ਬਣਾ ਲਈਦਾ ਯਾਰ, ਵੇਸਟ ਹੀ ਹੁੰਦਾ ਸੀ ਸਾਡਾ। ਤੇ ਐਤਕੀ ਅਸੀਂ ਹੈਗੇ ਵੀ 4 ਜਾਣੇ, ਇਸ ਕਰਕੇ ਅਸੀਂ 1 ਪਾਉਂਡ ਦਾ ਬਣਾਇਆ, ਜ਼ਿਆਦਾ ਵੱਡਾ ਨਹੀਂ ਬਣਾਇਆ ਗਿਆ। ਸਹੀ ਆ ਨਾ, ਵੇਸਟ ਨਹੀਂ ਕਰਨੀ ਆਪਾਂ ਚੀਜ਼ ਵੀਰੇ। 2500 ਹੋ ਗਿਆ ਬ੍ਰੋ। ਚਲੋ ਭਾਈ ਮਿਲਦੇ ਆਪਾਂ ਘਰੇ ਜਾ ਕੇ, ਘਰਦਿਆਂ ਤੋਂ ਗਾਲਾਂ ਪਈ ਜਾਂਦੀਆਂ। 2 ਵਜੇ ਦੇ ਅਸੀਂ ਘਰੋਂ ਆਏ ਹਾਂ ਤੇ ਕਿੰਨਾ ਟਾਈਮ ਹੋ ਗਿਆ? 7:24 ਹੋ ਗਏ। ਸੋ ਕਿੱਦਾਂ ਬਣਿਆ ਫਿਰ ਕੇਕ? ਬਾਕੀ ਤੁਹਾਨੂੰ ਘਰੇ ਜਾ ਕੇ ਪ੍ਰੋਪਰ ਵਿਖਾਵਾਂਗੇ। ਵਾਓ ਯੈਸ। ਵੈਸੇ ਨਾ ਤਾਂ ਇੱਥੇ ਸਾਰਿਆਂ ਦਾ ਬਣਦਾ, ਸਾਰੀ ਫੈਮਿਲੀ ਦੇ ਬਣਦਾ। ਚਲੋ ਬਾਕੀ ਤੁਸੀਂ ਥੈਂਕ ਯੂ, ਮੈਂ ਆਪਦਾ ਹੀ ਲਿਖਾ ਲਿਆ। ਨਹੀਂ ਨਹੀਂ ਨਾ, ਕਿਉਂ? ਮੰਮੀ ਡੈਡੀ ਹੈਪੀ ਹੋਣੀ, ਭਾਬੀ ਹੋਣੀ, ਸਾਰੇ ਆ ਤੁਸੀਂ। ਚਲੋ ਮਿਲਦੇ ਆਪਾਂ ਅੱਗੇ ਅੱਗੇ। ਯੈਸ, ਇੱਕ ਆਪਣੀ ਯੂਟਿਊਬ ਫੈਮਿਲੀ। ਸੋ ਓਕੇ ਨਾਲ ਕਦ ਮਾਰਨ ਦੀ ਚਰੀਤ ਪਾਤੀ ਮੇਰੇ ਬੁਲਟ ਤੇ। ਬੁਲਟ ਵਿਚਾਰਾ ਘੱਟੋ ਘੱਟੀ ਹੋਇਆ ਪਿਆ। ਲੋ ਜੀ ਲੈ ਫੜਾ ਦੋ ਜੀ। ਬੰਦ ਕਰੋ। ਹਰਮਨ ਆ ਫਰਿੱਜ ਚ ਰੱਖ ਦੇ, ਇੱਕ ਵਾਰੀ ਤੁਹਾਨੂੰ ਕਾਟ ਕੇ ਦਿਖਾ ਦਈਏ ਇਹਨਾਂ ਨੂੰ। ਮਹਾਂ ਹਾਂਜੀ, ਫਿਰ ਕਹਿੰਦੇ ਨੇ ਜੀ ਮੁੰਡਿਆਂ ਦਾ ਗਨਾਹ ਆ। ਜਿੱਦਾਂ ਕਿੱਦਾਂ ਕੀ ਹਜੇ ਮੈਂ ਘਰੇ ਆ ਕੇ ਤੁਹਾਡੇ ਸਾਹਮਣੇ ਵੇਖ ਲਓ, ਹਜੇ ਤਾਂ ਮੇਰੇ ਹੱਥ 'ਚ ਲਿਫਾਫੇ ਨੇ ਅਤੇ ਕਹਿੰਦੇ ਨੇ ਅਤੇ ਆਉਂਦਿਆਂ ਹੀ ਔਡਰ ਆ ਗਿਆ, ਚਲੋ ਜੀ ਚੱਲ ਗਏ। ਤੂੰ ਤੂੰ ਇੰਝ ਕਮਰੇ ਪੋਚਾ ਲਓ, ਡੈਡੀ ਝਾੜੂ ਕੱਢੂਗਾ। ਇਹ ਗੱਲ ਹੋ ਗਈ ਫਿਰ, ਹੈਂ ਤੂੰ ਕੱਢਦਾ ਝਾੜੂ? ਤੂੰ ਗਿਆ ਫਿਰ ਆ ਕੀ ਬਣ ਫਿਰਦਾ? ਲਓ ਜੀ ਤੁਹਾਡੇ ਵਾਸਤੇ ਲਿਆਉਂਦੇ ਨੇ। ਤੇਰੇ ਵਾਸਤੇ ਨਹੀਂ ਨਾ, ਫਿਰ ਤੂੰ ਨਹੀਂ ਨਾ ਪੀਣਾ। ਮੈਂ ਇਸ ਲਈ ਐਤਕੀ ਨਿੱਕਾ ਲਿਆਂਦਾ ਤੁਹਾਡੇ ਮੂੰਹ ਓਹੋ ਹੀ ਸੁੱਟਣ ਵਾਲੀ ਗੱਲ ਹੋ ਜਾਂਦੀ। ਘੈਂਟ ਆ ਨਾ, ਕਿਵੇਂ ਲੱਗਾ? ਸੋਹਣਾ ਨਾ, ਇਧਰ ਆ ਵੀ ਸੋਹਣੇ। ਮੇਰਾ ਜੀ ਕਰਦਾ ਮੈਂ ਹੁਣੇ ਖਾ ਜਾ, ਭੁੱਖ ਲੱਗੀ। ਹੋਏ 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 ਹੋਏ। ਸੋ ਕਹਿੰਦੇ ਨੇ ਮੇਰੇ ਵੀਰੋ,
ਇੱਕ ਮੇਰੀ ਆਈਸਕ੍ਰੀਮ ਆ ਜਾ ਕੋਲਡ ਕਾਫੀ ਦੀ ਮੈਂ ਆਈਸਕ੍ਰੀਮ ਜਮਾਈ ਸੀ ਕਹਿੰਦੇ ਨੇ ਵਾਹ 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 ਦਿਮਾਗ ਤਾਂ ਬਹੁਤ ਆ ਮੇਰਾ ਉਤਰਾ ਹੀ ਨਹੀਂ ਕਦੀ ਯੂਜ਼ ਹੀ ਨਹੀਂ ਕੀਤਾ ਐਂ ਦੇ ਕੰਮ ਕਰ ਰਹਾ ਰਮਣੇ ਸਿੱਧਾ ਹੀ ਰੱਖ ਦੇ ਹਾਂ ਆਹ ਕਰ ਲਓ ਆਪਾਂ ਪੇਪਰ ਕੱਢ ਲਓ ਥੱਕੇ ਥੁੱਕੇ ਪਏ ਤੇ ਥੋੜਾ ਜਾਣਾ ਸੀ ਨਾਨਕਿਆਂ ਨੂੰ ਉਹ ਵੀ ਕੈਂਸਲ ਹੋ ਗਿਆ ਸੀ ਤੇ ਤਾਂ ਕਰਕੇ ਥੋੜਾ ਲੇਟ ਲੂਟ ਹੋ ਗਿਆ ਵੀ ਹੁਣੇ ਕੰਮ ਕਰ ਤੇ ਚੱਲ ਗਏ ਤੇ ਹੁਣ ਆਏ ਨੇ ਤੇ ਹੁਣ ਕੱਟ ਕਰਦੇ ਆ ਬਸ ਤੇ ਚਲੋ ਉੱਪਰ ਹੈ ਨੌ ਓਏ ਹੋਏ ਫਿਰ ਕਹਿੰਦੇ ਬੂਟਾ ਗਾਣਾ ਕੱਢਦਾ ਸਾਰਾ ਕੇਕ ਦੀ ਡੰਡ ਲਾ ਤੇ ਬਚ ਗਿਆ ਬਚ ਗਿਆ ਚੈੱਕ ਕਰੋ ਕਹਿਣ ਡਾ ਨਾ ਚਲੋ ਇੱਕ ਵਾਰੀ ਹੋਣਾ ਵੀ ਉਹਨਾਂ ਨੂੰ ਵੀਡੀਓ ਵੀਡੀਓ ਕਾਲ ਲਾ ਕੇ ਦਿਖਾਉਂਦੇ ਹਾਂ ਉਹਨਾਂ ਚਲੋ ਗੋਪੀ ਨਹੀਂ ਆਉਂਦੇ ਅਤੇ ਕੱਟਦੇ ਹਾਂ ਹਰਮ ਟੋਰੂ ਕਹਿ ਉੱਤਰ ਵਧੀਆ ਵਧੀਆ ਆਹ ਕੀ ਰੌਲਾ ਪਾਇਆ ਪਿੱਛੇ ਆਹ ਇੱਕ ਚੀਜ਼ ਵਿਖਾਵਾਂ ਉਹ ਕਿੱਥੇ ਆ ਛੋਟੂ ਇੱਧਰ ਰਿਹਾ ਆਹੋ ਅੱਛਾ ਕੋਈ ਨੀ ਨਾ ਚੈੱਕ ਕਰ ਹੈ ਚੋਰ ਕਿੱਥੇ ਸੜੋ ਸ਼ਰੀਕੋ ਭਰਾਵਾ ਉਦੋਂ ਐਤਕੀ ਮੈਂ ਵੱਡਾ ਨਹੀਂ ਬਣਾਇਆ ਐਤਕੀ ਦੂਜੇ ਬਣਾਇਆ ਸਹੀ ਏਡਾ ਨਾ ਨਹੀਂ ਗੋਪੀ ਵੀ ਹੋਊਗਾ ਲੋਕੀ ਦਸ ਦਸ ਕੇ ਤੇ ਕੱਢਦੇ ਆਪਣੇ ਤਾਂ ਫਿਰ ਵੀ ਸੌ ਗਏ ਆ ਡੋਲਾ ਫੋਨ ਡੋਲਾ ਰੁਕ ਬਸ ਬਸ ਬਰੋ ਇੱਕ ਮਿੰਟ ਮੈਨੂੰ ਫੋਨ ਟਕਾ ਲੈਂਦੇ ਚੱਕ ਰੁਕ ਜਾ ਮੇਰਾ ਚੈੱਕ ਕਰੀਆਂ ਕਿਉਂ ਮਨ ਕਿਹਨੂੰ ਤੈਨੂੰ ਪਹਿਲਾਂ ਮੈਨੂੰ ਕਰਦੇ ਸੀ ਓਏ ਹੋਏ ਅੱਜ ਮੰਮੀ ਟਾਈਮ ਨਾਲ ਕਿ ਤਿਆਰ ਹੋ ਗਈ ਤੇ ਮੰਮੀ ਛੇਤੀ ਕਰ ਲਾ ਛੇਤੀ ਕਰ ਲਾ ਛੇਤੀ ਕਰ ਲਾ ਇੱਧਰ ਕਹਿੰਦੇ ਨੇ ਬਦਮਾਸ਼ ਸਾਹਿਬ ਆ ਗਏ ਨੇ
ਚਲ ਆ ਜਾਓ ਅੰਦਰ ਫਰੀਦਕੋਟ। ਗੋਪੀ ਅੱਖਾਂ ਬੰਦ ਕਰਕੇ ਆ, ਅੱਖਾਂ ਬੰਦ ਕਰਕੇ ਆ। ਹੋਰਿਆ ਕੀ ਚੀਜ਼ ਉਹ ਖਾਵਾਂ? ਫੜ ਗੋਪੀ। ਹੈਲੋ ਹਾਈ ਫ੍ਰੈਂਡਸ, ਤੁਹਾਡੇ ਕਹਿਣ ਦਾ ਜੇ ਮੰਨ ਲਾ ਡੇਗ ਪਏ ਹੋਏ ਤੁਰਦਾ ਹੀ ਨਹੀਂ ਛੱਡ ਗਿਆ। ਅਜੇ ਤੈਨੂੰ ਇਹਦਾ ਡੌਲਾ ਨੀ ਮੁਕਾਇਆ, ਤੇਰੀਆਂ ਤਾਂ ਡੌਲੀਆਂ ਡੌਲਾ ਇੱਧਰ ਆ। ਇੱਧਰ ਚੈੱਕ ਕਰ ਤੂੰ, ਉਹਦਾ ਚੈੱਕ ਕਰ। ਉਹ ਨਾ ਮੈਂ ਇੱਥੇ ਜਿੰਮ ਜਾਣਾ, ਸਹੀ ਮੈਨੂੰ ਫਿਰ ਨਹੀਂ ਗਿਆ। ਸਹੀ ਤਰ੍ਹਾਂ ਲੈ ਰਹਾ ਹੈ, ਇੱਧਰ ਆ, ਸਹੀ ਤਰ੍ਹਾਂ ਪੇ। ਪੱਖਾ ਨਹੀਂ ਚੱਲਦਾ? ਚੱਲਦਾ ਪਰ ਥਾਂ ਫਾਂ ਨਹੀਂ ਦੇ ਰਿਹਾ। ਕਿਉਂ? ਓ ਚੈੱਕ ਕਰ। ਹੈਪੀ ਬਰਥਡੇ ਟੂ ਯੂ। ਤੇਰਾ ਮੂੰਹ ਕਾਲਾ ਹੁੰਦਾ ਹੀ, ਮੂੰਹ ਆਪਣਾ ਹੈਗੇ ਕਾਲਾ ਹੈ। ਆਹਾ ਮੁੱਠੇ ਲੈ ਲੋ, ਆਇਓ ਕਦੀ ਚੰਗਾ ਉਹ ਪੈਰ ਦੇ ਇਹ ਹੁੰਦੇ ਰੋਕ ਕੇ ਬਾਹਰ ਆ ਜਾ। ਅਰੇ ਜੀ ਕੱਟ ਦਿਗੇ ਆਇਓ, ਵੇਖੀ ਉਹ ਕਰੇ ਕੀ ਕਿਵੇਂ ਖਲੋਗੇ ਆਦਤ ਵਾਲੇ ਮੇਰੇ। ਤੈਨੂੰ ਕਿਹਾ ਹੋਇਆ ਤੂੰ ਵਿੱਚ ਕਿੱਧਰ? ਹਾਏ ਪੱਖਾ ਹੁੰਦਾ ਗਰਮੀ ਲੱਗਦੀ। ਚਲੋ ਮੋੜੋ ਯਾਰ ਕੱਟ ਗਿਆ, ਹੈਪੀ ਬਰਥਡੇ ਟੂ ਯੂ। ਹੋਰ ਕਿਵੇਂ ਠੀਕ ਠਾਕ? ਇੱਧਰ ਮੈਂ ਕਰਦ ਮਾਰਨ ਲੱਗਾ। ਚਲੋ 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 ਹੈਪੀ ਬਰਥਡੇ ਹੈਪੀ ਹੈ ਲੜਕੇ। ਖਾਲੀ ਕਰਦੀ ਲਾਈ ਜਾਣਾ। ਕਰ ਫੜੇ ਹੱਸੀ ਜਾਂਦਾ ਫੜੇ ਭਰਾਵਾ। ਤੈਨੂੰ ਤੇ ਇਹਨੂੰ ਤੇ ਪੁੱਛਿਆ ਹੀ ਨਹੀਂ। ਤੈਨੂੰ ਸਲਾਹ ਮਾਰ ਤੁਹਾਨੂੰ ਸਾਰਿਆਂ ਨੂੰ ਲੈ ਮਨ ਮਾਰੀ ਦੋ ਮਿੰਟ ਕਰਕੇ
ਵਧਾਈ ਹੋਵੇ ਤੁਹਾਨੂੰ ਵੀ। ਜਿਹੜਾ ਬਣਾਉਂਦੇ ਜਿਹੜਾ ਬਣਾਉਂਦੇ ਜੀ ਹੈ ਤੂੰ ਨੀ ਖਾਣਾ ਕਿਉਂ ਸ਼ੂਗਰ ਦਾ ਹਾੜਾ ਸ਼ੂਗਰ ਹੀ ਕਹਿੰਦਾ ਇਹ ਮੈਨੂੰ ਕੀ ਖਾਣਾ ਖਾਣਾ ਇੱਥੇ ਹੋਰ ਨੀ ਕੁਛ ਖਾਣਾ ਨੂੰ ਬੋਲੋ ਹਰੀਓ ਆਪਣਾ ਛੋਟਾ ਜਿਹਾ ਵਲੋਗ ਤੇ ਉਮੀਦ ਕਰਦੇ ਸਾਰਿਆਂ ਨੂੰ ਕਹਿਣ ਲੱਗਾ ਹੋਊਗਾ ਅਤੇ ਜਿਹਨੂੰ ਜਿਹਨੂੰ ਕਹਿਣ ਲੱਗਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਮਿਲਦੇ ਹਾਂ ਆਪਾਂ ਅਗਲੇ ਵਲੋਗ ਵਿੱਚ ਅਤੇ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲੋ ਭਾਈ ਮਿਲਦੇ ਹਾਂ ਆਪਾਂ ਨੈਕਸਟ ਵਲੋਗ ਵਿੱਚ ਓਕੇ ਬਾਏ ਥੈਂਕ ਯੂ ਧੰਨਵਾਦ ਸਾਰਿਆਂ ਦਾ ਸੌ ਕੇ ਕਰਨ ਲਈ ਬਹੁਤ ਬਹੁਤ ਆਹ ਮੁੰਡੇ ਨੇ ਕੀਤਾ ਆਪਣਾ ਕਹਿੰਦੇ ਸੌ ਕੇ ਐਂਡ ਅਤੇ ਇੱਕ ਸਬਸਕ੍ਰਾਈਬਰ ਵਧਾ ਕੇ ਨਹੀਂ ਹੁਣ ਆਪਾਂ 200 ਦਾ ਨਹੀਂ ਕੱਟਣਾ ਹੁਣ ਸਿੱਧਾ 500 ਕੇ ਦਾ ਕੱਟਣਾ ਸੋ ਕਹਿੰਦੇ ਨੇ ਅਗਲਾ ਨੈਕਸਟ ਵਲੋਗ ਉਦੋਂ ਆਊਗਾ ਜਦੋਂ ਤੁਸੀਂ 500 ਕੇ ਕਰ ਦੋਗੇ ਮੈਨੂੰ ਪਤਾ ਤੁਸੀਂ ਇੱਕ ਦਿਨ ਦੇ ਵਿੱਚ ਵਿੱਚ ਕਰ ਦੇਣਾ ਹੱਸਦਾ ਕਿਉਂ ਮੈਂ ਗਲਤ ਫਹਿਮੀ ਜੀ ਚ ਨਹੀਂ ਰਹਿਣਾ ਪਰ ਜਿੱਦਾਂ ਕਿਦਾਂ ਕਿ ਗੋਡਿਆ ਉਹ ਆਪਾਂ ਫਿਰ ਕੇਕ ਖਾਦਾ ਨਾ ਤਾਂ ਕਰਕੇ ਥੋੜਾ ਦਿਮਾਗ ਨੂੰ ਚੜ ਗਿਆ ਸੋ ਚਲੋ ਜੀ ਮਿਲਦੇ ਆਪਾਂ ਨੈਕਸਟ ਵਲੋਗ ਵਿੱਚ ਓਕੇ ਬਾਏ